ਦੇਖੋ ਸਾਡੇ ਇੱਕ ਭਰਾ ਵੇ ਇੱਥੇ ਹੈ ਜੋ ਜਨਮ ਤੋਂ ਅਧਰੰਗ ਸੀ, ਤੁਰਬਰ ਨਹੀਂ ਸਕਦਾ ਸੀ, ਪਰ ਦੇਖੋ ਇੱਥੇ ਆਪਣਾ ਯੇਸ਼ੂ ਮਸੀਹ ਫੌਨ ਵਿੱਚ ਆ ਕੇ ਪ੍ਰਭੂ ਯੇਸ਼ੂ ਨੇ ਚੰਗਾ ਕੀਤਾ ਹੈ ਉਸ ਭਰਾ ਨੂੰ। ਪਹਿਲੇ ਤੁਸੀਂ ਕਿੱਦਾਂ ਤੁਰਦਾ ਸੀ, ਮਾੜਾ ਜਿਹਾ ਦਿਖਾਓ, ਕਿੱਦਾਂ ਤੁਰਦਾ ਸੀ ਜਦੋਂ ਤੁਸੀਂ ਅਧਰੰਗ ਸੀ? ਦੇਖੋ ਇਹ ਭਰਾ ਇੱਦਾਂ ਤੁਰਦਾ ਸੀ ਪਹਿਲੇ, ਦੇਖਿਆ ਤੁਸੀਂ? ਲਓ ਹਾਂ ਹੁਣ ਖੜੇ ਜਾਓ। ਹਾਂ ਜਨਮ ਤੋਂ ਤੁਸੀਂ ਅਧਰੰਗ ਸੀ, ਹੈਂ ਜਨਮ ਤੋਂ ਹੋ ਗਿਆ, ਹੋ ਗਿਆ। ਹੁਣ ਤੁਸੀਂ ਮਾੜਾ ਚਲੋ ਚੱਲ ਕੇ ਦਿਖਾਓ, ਅੱਗੇ ਆ ਜਾਓ। ਦੇਖੋ ਹੁਣ ਬਿਲਕੁਲ ਸਹੀ ਚੱਲਦਾ ਹੈ, ਇਹ ਪਹਿਲੇ ਨਹੀਂ ਤੁਰਦਾ ਸੀ। ਹੁਣ ਮਾੜਾ ਜਿਹਾ ਬੈਠੋ, ਬੈਠੋ, ਬੈਠ ਕੇ ਉੜੋ, ਉੜੋ, ਹੁਣ ਉੜੋ, ਉੜੋ। ਤੁਸੀਂ ਦੇਖੋ ਖੁਦਾ ਦੀ ਕਿੰਨੀ ਕਿਰਪਾ ਹੈ, ਯੇਸ਼ੂ ਮਸੀਹ ਫੌਨ ਵਿੱਚ ਆ ਕੇ ਪ੍ਰਭੂ ਯੇਸ਼ੂ ਨੇ ਇਸ ਭਰਾ ਨੂੰ ਚੰਗਾ ਕੀਤਾ ਹੈ। ਦੇਖੋ ਇਹ ਬਿਲਕੁਲ ਨਹੀਂ ਚੱਲਦਾ ਸੀ, ਹੁਣ ਵਾਪਸ ਜਾਓ, ਤੁਸੀਂ ਚਰਚ ਵੱਲ ਜਾਓ, ਚਰਚ ਵੱਲ ਜਾਓ, ਉਧਰ ਨੂੰ ਜਾਓ, ਚਰਚ ਨੂੰ ਜਾਓ, ਸਿੱਧਾ ਜਾਓ। ਹੁਣ ਦੇਖੋ ਆਗੇ ਵੀ ਪੀਛੇ ਵੀ ਜਾ ਸਕਦਾ। ਹੁਣ ਦੇਖੋ ਇਹ ਭਰਾ ਬਿਲਕੁਲ ਠੀਕ ਹੈ, ਹੁਣ ਜਾਓ ਚਰਚ ਵਿੱਚ ਜਾਓ। ਦੇਖੋ ਘੁੱਟਣੇ ਵੀ ਟੇਕਦਾ ਹੈ, ਸਭ ਕੁਝ ਕਰਦਾ ਹੈ, ਖੁਦਾ ਦੇ ਲਈ ਕੁਛ ਵੀ ਅਸੰਭਵ ਨਹੀਂ ਹੈ। ਬੈਠੋ ਹੁਣ, ਬੈਠ ਕੇ ਦੁਆ ਕਰੋ। ਹੁਣ ਦੇਖੋ ਹਮੇਸ਼ਾ ਬੈਠ ਕੇ ਪ੍ਰਾਰਥਨਾ ਕਰਦਾ ਹੈ ਖੁਦਾ ਦੇ ਆਗੇ, ਪ੍ਰਭੂ ਦੇ ਲਈ ਕੁਛ ਵੀ ਅਸੰਭਵ ਨਹੀਂ ਹੈ। ਇਹੀ ਹੈ ਯੇਸ਼ੂ ਦੀ ਕਿਰਪਾ, ਯੇਸ਼ੂ ਦੀ ਸ਼ਕਤੀ। ਆਮੇਨ, ਆਮੇਨ, ਆਮੇਨ।